ਪਵਿੱਤਰ ਰਿਸ਼ਤੇ ਨੂੰ ਤਬਾਹ ਕਰ ਦਿੱਤਾ। ਤੁਹਾਡੇ ਆਪਾਂ ਜੇ ਗੁੱਟ ਦੇ ਨਿਕਾਹ ਮਾਰੀ, ਤੁਸੀਂ ਰੱਖੜੀ ਬਣਾਈ ਹੋਈ ਆ, ਕੀ ਤੁਸੀਂ ਆਪਣੀ ਭੈਣ ਨਾਲ ਵਿਆਹ ਕਰਾ ਸਕਦੇ ਹੋ? ਤੁਹਾਨੂੰ ਰੱਖੜੀ ਬਣਾਉਣ ਲੱਗੇ ਬਾਈ, ਸ਼ਰਮ ਸ਼ਰਮ ਨਹੀਂ ਆਈ? ਬਾਈ ਵੀਰੇ, ਉਹ ਇੱਕ ਮਜ਼ਾਕ ਸੀਗਾ, ਮੈਂ ਕਿੰਨੇ ਵਾਰ ਦੱਸਤਾ, ਅਤੇ ਹੁਣ ਮੈਂ ਕੀ ਕਿਹਨੂੰ ਕਿਹਨੂੰ ਸਫਾਈਆਂ ਦਿੰਦਾ ਫਿਰਾਂ? ਬਾਈ, ਇਸ ਚੀਜ਼ ਲਈ ਸ਼ਰਮ ਮਹਿਸੂਸ ਹੋ ਰਹੀ ਆ ਤਨੋਜ ਵੀਰੇ? ਧਮਕੀਆਂ ਵੀ ਬਹੁਤ ਆ ਰਹੀਆਂ ਨੇ, ਕਹਿੰਦੇ ਤਾਂ ਭੈਣ ਭਾਈ ਦੇ ਰਿਸ਼ਤੇ ਨੂੰ ਤਾਰ ਤਾਰ ਕਰਤਾ, ਐਂ ਕਰਤਾ, ਵਾਹ ਕਰਤਾ, ਤੂੰ ਕੁੱਤਾ, ਕਮੀਨਾ, ਪਤਾ ਨਹੀਂ ਕੀ ਕੀ ਲੋਕ ਮੇਰੇ ਬਾਰੇ ਬੋਲ ਰਹੇ ਨੇ। ਅਤੇ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ, ਅਤੇ ਇਸ ਗੱਲ ਸੁਣ ਕੇ ਮੇਰੀ ਮੰਮੀ ਬਹੁਤ ਜ਼ਿਆਦਾ ਹੁਣ ਬਿਮਾਰ ਆ, ਅਤੇ ਉਹਦਾ ਇੱਕੋ ਲਖਤ ਹੁਣ ਬੀਬੀ ਵਧਣ ਲੱਗ ਗਿਆ, ਅਤੇ ਉਹਨੂੰ ਬਹੁਤ ਮਤਲਬ ਉਹਨੂੰ ਵੀ ਪਿੰਡ ਵਾਲੇ ਬਹੁਤ ਤਾਨੇ ਮਾਰਦੇ ਆ, ਪਿੰਡ ਵਾਲੀਆਂ ਬੁੜੀਆਂ ਆ ਕੇ ਕਹੀ ਜਾਂਦੀਆਂ ਨੇ, ਭੈਣੇ ਤੇਰੇ ਮੁੰਡੇ ਨੇ ਪਤਾ ਨਹੀਂ ਕੀ ਕਰਤਾ, ਪਤਾ ਨਹੀਂ ਕੀ ਕਰਤਾ, ਨਹੀਂ ਉਹਦੀ ਵੀਡੀਓ ਵਾਇਰਲ ਹੋ ਗਈ, ਨਹੀਂ ਉਹਨੇ ਭੈਣ ਨਾਲ ਵਿਆਹ ਕਰਵਾ ਲਿਆ, ਅਤੇ ਇੱਦਾਂ ਦੇ ਕੋਈ ਨਹੀਂ, ਉਹ ਸ਼ੂਟਿੰਗ ਦੇ ਵਿੱਚ ਇੱਕ ਸ਼ੂਟਿੰਗ ਕਰਦੇ ਸੀਗੇ ਸਿਰਫ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹੋਸਟ ਮੋਹਿਤ, ਜੋ ਗੱਲ ਦਿਲੋਂ ਕਰਦਾ ਬਾਕੀ ਤੁਹਾਡੇ 'ਤੇ ਚੜ੍ਹਦਾ। ਅਤੇ ਜਿੱਦਾਂ ਕਿ ਤੁਹਾਨੂੰ ਪਤਾ ਕਿ ਅਕਸਰ ਸੋਸ਼ਲ ਮੀਡੀਆ 'ਤੇ ਬਹੁਤ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਜਿਸ ਦੇ ਵਿੱਚ ਕਾਫੀ ਨਾਮੀ ਆਰਟਿਸਟ ਅਤੇ ਨਾਲ ਨਾਲ ਆਮ ਆਰਟਿਸਟ ਜਿਨ੍ਹਾਂ ਨੂੰ ਮੁੱਦੇ ਦੇ ਵਿੱਚ ਘੜੀਸਿਆ ਜਾਂਦਾ, ਅਤੇ ਇਸੇ ਤਰ੍ਹਾਂ ਹੀ ਸਾਡੇ ਨਾਲ ਬੈਠੇ ਨੇ ਜਿਨ੍ਹਾਂ ਦੀ ਹੁਣੇ ਹੁਣੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਹੈ, ਅਤੇ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਤਨੋਜ ਟਿੱਬਾ, ਅਤੇ ਜਿਨ੍ਹਾਂ ਨੂੰ ਆਪਾਂ ਬੀਬੂ ਭੂਆ ਦੇ ਨਾਂ 'ਤੇ ਵੀ ਸੋਸ਼ਲ ਮੀਡੀਆ 'ਤੇ ਜਾਂ ਫਿਰ ਪੰਜਾਬੀ ਇੰਡਸਟਰੀ ਦੇ ਵਿੱਚ ਜਾਣਦੇ ਹਾਂ। ਬਾਈ, ਆਪਾਂ ਦੇਖਿਆ ਜਾਵੇ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋਈ ਹੈ, ਜਿਸ ਦੇ ਵਿੱਚ ਤੁਸੀਂ ਭੈਣ ਭਾਈ ਦੇ ਰਿਸ਼ਤੇ ਨੂੰ ਪਵਿੱਤਰ ਰਿਸ਼ਤੇ ਨੂੰ ਤਬਾਹ ਕਰ ਦਿੱਤਾ, ਤੁਹਾਡੇ ਆਪਾਂ ਜੇ ਗੁੱਟ ਦੇ ਨਿਕਾਹ ਮਾਰੀ, ਤੁਸੀਂ ਰੱਖੜੀ ਬਣਾਈ ਹੋਈ ਆ, ਕੀ ਤੁਸੀਂ ਆਪਣੀ ਭੈਣ ਨਾਲ ਵਿਆਹ ਕਰਾ ਸਕਦੇ ਹੋ? ਤੁਹਾਨੂੰ ਰੱਖੜੀ ਬਣਾਉਣ ਲੱਗੇ ਬਾਈ, ਸ਼ਰਮ ਸ਼ਰਮ ਨਹੀਂ ਆਈ? ਬਾਈ ਵੀਰੇ, ਉਹ ਇੱਕ ਮਜ਼ਾਕ ਸੀਗਾ, ਮੈਂ ਕਿੰਨੇ ਵਾਰ ਦੱਸਤਾ, ਅਤੇ ਹੁਣ ਮੈਂ ਕੀ ਕਿਹਨੂੰ ਕਿਹਨੂੰ ਸਫਾਈਆਂ ਦਿੰਦਾ ਫਿਰਾਂ? ਮੇਰੇ ਵੀ ਭੈਣਾਂ ਹੈਗੀਆਂ ਨੇ, ਅਤੇ ਉਹਨਾਂ ਨੇ ਮੇਰੇ ਵੀ ਬੜੇ ਚਾਵਾਂ ਨਾਲ ਰੱਖੜੀਆਂ ਬੰਨੀਆਂ ਨੇ, ਜਿਵੇਂ ਹਰ ਭੈਣ ਹੈ ਨਾ ਭਾਈ ਦੇ। ਮੈਂ ਹੁਣ ਲੋਕਾਂ ਨਾਲ ਨਜ਼ਰ ਵੀ ਨਹੀਂ ਮਿਲਾ ਸਕਦਾ, ਕਿ ਮੈਨੂੰ ਇੱਕ ਗੱਲ 'ਤੇ ਪੰਚ ਕਰਿਆ, ਯਾਰ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਕੁੱਤਾ ਕਮੀਨਾ? ਯਾਰ ਮੇਰੇ ਵੀ ਭੈਣਾਂ ਹੈਗੀਆਂ ਨੇ, ਮੈਂ ਬਹੁਤ ਆਪਦੀਆਂ, ਜਿਵੇਂ ਤੁਸੀਂ ਆਪਣੀਆਂ ਭੈਣਾਂ ਦੀ ਇੱਜ਼ਤ ਕਰਦੇ ਹੋ, ਅਤੇ ਮੈਂ ਵੀ ਆਪਦੀ ਭੈਣ ਦੀ ਇੱਜ਼ਤ ਕਰਦਾ। ਭੈਣਾਂ ਵੱਲੋਂ ਤੁਹਾਨੂੰ ਕੀ ਕਿਹਾ ਜਾ ਰਿਹਾ ਬਾਈ? ਅਤੇ ਭੈਣਾਂ ਵੱਲੋਂ ਇਹੀ ਕਿਹਾ ਜਾ ਰਿਹਾ ਵੀ ਤਨੋਜ ਤੂੰ ਨਹੀਂ ਬਣਾਉਣਾ ਸੀਗਾ। ਉਹਨਾਂ ਨੂੰ, ਮੇਰੀਆਂ ਭੈਣਾਂ ਨੂੰ ਪਤਾ ਗਾ ਵੀ ਇਹ ਉਹਨੇ ਮਜ਼ਾਕ ਦੇ ਵਿੱਚ ਬਣਾਈ ਸੀ, ਕਿਉਂਕਿ ਵੈਸੇ ਵੀ ਮੈਂ ਘਰ ਦੇ ਵਿੱਚ ਉਹਨਾਂ ਨਾਲ ਮਜ਼ਾਕ ਕਰਦਾ ਰਹਿੰਦਾ, ਮੈਂ ਆਪਣੀ ਮੰਮੀ ਨਾਲ ਵੀ ਬਹੁਤ ਮਜ਼ਾਕ ਕਰਦਾ ਰਹਿੰਦਾ, ਅਤੇ ਮੈਂ ਆਪਦੇ ਡੈਡੀ ਨਾਲ ਵੀ ਮਜ਼ਾਕ ਕਰਦਾ ਰਹਿੰਦਾ। ਮੈਂ ਡੈਡੀ ਨਾਲ ਵੀ ਇੱਦਾਂ ਮਜ਼ਾਕ ਕਰਦਾ ਰਹਿਣਾ ਵੀ ਡੈਡੀ ਮੰਮੀ ਤਾਂ ਹੁਣ ਬੁੜੀ ਹੋ ਗਈ, ਤੈਨੂੰ ਹੋਰ ਕੋਈ ਮੰਮੀ ਲਿਆ ਕੇ ਦਈਏ? ਮੰਮੀ ਨੂੰ ਵੀ ਕਰਦਾ ਰਹਿਣਾ, ਉਹਨਾਂ ਨੂੰ ਪਤਾ ਵੀ ਇਹਦਾ ਮਜ਼ਾਕ ਹੀ ਆ ਸੁਭਾਅ ਆ, ਕਿਉਂਕਿ ਜਿਹੜਾ ਫਨੀ ਕਲਾਕਾਰ ਹੁੰਦਾ। ਤਨੋਜ ਵੀਰੇ, ਦੇਖਿਆ ਜਾਵੇ ਜੇ ਮਜ਼ਾਕ ਆਪਾਂ ਕਰੀ ਇੱਕ ਘਰ ਦੇ ਵਿੱਚ ਸੀਮਿਤ ਰਹਿੰਦਾ, ਪਰ ਜੇਕਰ ਆਪਾਂ ਉਹਨੂੰ ਸੋਸ਼ਲ ਮੀਡੀਆ 'ਤੇ ਪਾਈਏ ਤਾਂ ਉਹ ਬਹੁਤ ਵੱਡਾ ਮੁੱਦਾ ਬਣ ਜਾਂਦਾ। ਇਸ ਤਰ੍ਹਾਂ ਤੁਹਾਡਾ ਹੀ ਕਾਫੀ ਵਿਰੋਧ ਕੀਤਾ ਜਾ ਰਿਹਾ ਸੋਸ਼ਲ ਮੀਡੀਆ 'ਤੇ, ਅਤੇ ਉਸ ਚੀਜ਼ ਲਈ ਤੁਸੀਂ ਮਤਲਬ ਮਾਫ਼ੀ ਨਹੀਂ ਹਜੇ ਤੱਕ ਮੰਗੀ, ਕੀ ਤੁਹਾਨੂੰ ਬਾਈ ਇਸ ਚੀਜ਼ ਦੀ ਸ਼ਰਮਿੰਦਗੀ ਨਹੀਂ ਹੈ? ਮੈਨੂੰ ਬਹੁਤ ਸ਼ਰਮਿੰਦਗੀ ਆ, ਅਤੇ ਜਦੋਂ ਦੀ ਇਹ ਮੇਰੇ ਤੋਂ ਗਲਤੀ ਹੋਈ ਆ, ਅਤੇ ਉਦੋਂ ਦੀ ਪਹਿਲਾਂ ਮੈਨੂੰ ਇਹ ਪਤਾ ਨਹੀਂ ਸੀ ਵੀ ਮੇਰੇ ਤੋਂ ਗਲਤੀ ਹੋ ਗਈ। ਜਦੋਂ ਵੀਡੀਓ ਵਾਇਰਲ ਹੋ ਗਈ, ਲੋਕਾਂ ਦੇ ਕਮੈਂਟ ਪੜ੍ਹੇ, ਸ਼ੇਅਰ ਕੀਤੀ, ਮੈਨੂੰ ਫੋਨ ਆਇਆ, ਕਹਿੰਦੇ ਤੂੰ ਤਾਂ ਬਹੁਤ ਵੱਡੀ ਯਾਰ ਗਲਤੀ ਕਰਤੀ, ਵੀ ਤੂੰ ਜ਼ਰਾ ਨਹੀਂ ਸੋਚਿਆ, ਅਤੇ ਫਿਰ ਮੈਨੂੰ ਬਹੁਤ ਮਤਲਬ ਸ਼ਰਮ ਮਹਿਸੂਸ ਹੋਈ ਕਿ ਮੈਂ ਬਹੁਤ ਵੱਡੀ ਗਲਤੀ ਕਰਤੀ। ਅਤੇ ਮੈਂ ਸਾਰੇ ਸਰੋਤਿਆਂ ਤੋਂ, ਮੈਂ ਇਹਨਾਂ ਦੇ ਅੱਖਾਂ 'ਚ ਅੱਖਾਂ ਵੀ ਨਹੀਂ ਮਿਲਾ ਸਕਦਾ, ਮੈਂ ਸਾਰਿਆਂ ਤੋਂ ਮਾਫ਼ੀ ਮੰਗਦਾ, ਸਾਰੀਆਂ ਭੈਣਾਂ ਤੋਂ, ਬੱਚਿਆਂ ਤੋਂ, ਬਜ਼ੁਰਗਾਂ ਤੋਂ, ਜਿਨ੍ਹਾਂ ਨੂੰ ਮੇਰੇ ਕਰਕੇ ਸਾਰਿਆਂ ਨੂੰ ਠੇਸ ਪਹੁੰਚੀ ਹੈ। ਅਤੇ ਭੈਣ ਭਾਈ ਦਾ ਬਹੁਤ ਪਵਿੱਤਰ ਰਿਸ਼ਤਾ, ਜਿੰਨਾ ਤੁਸੀਂ ਆਪਣੀ ਭੈਣ ਦੀ ਇੱਜ਼ਤ ਕਰਦੇ ਹੋ ਉਸ ਤੋਂ ਵੱਧ ਕੇ ਮੈਂ ਇੱਜ਼ਤ ਕਰਦਾ। ਮੈਂ ਆਪਣੀ ਭੈਣ ਦੀ ਨਹੀਂ, ਮੈਂ ਹਰ ਭੈਣਾਂ ਦੀ ਇੱਜ਼ਤ ਕਰਦਾ, ਹਰ ਕੁੜੀ ਦੀ ਇੱਜ਼ਤ ਕਰਦਾ। ਤੈਂ ਭੈਣ ਭਾਈ ਦੇ ਰਿਸ਼ਤੇ ਨੂੰ ਬਦਨਾਮ ਕਰਤਾ, ਤਾਰ ਤਾਰ ਕਰਤਾ, ਤੂੰ ਆਪਦੀ ਭੈਣ ਨਾਲ ਵਿਆਹ ਕਰਾ ਲਾ। ਕਈ ਲੋਕਾਂ ਨੂੰ ਤਾਂ ਗਲਤ ਫਹਿਮੀ ਇਹ ਵੀ ਹੋਊਗੀ ਕਿ ਤਨੋਜ ਨੇ ਆਪਦੀ ਭੈਣ ਨਾਲ ਵਿਆਹ ਕਰਵਾ ਲਿਆ, ਅਤੇ ਮੈਂ ਮੇਰੇ ਤੱਕ ਮਾਰਾਂਗਾ, ਹਾਲੇ ਮੇਰਾ ਕੋਈ ਵਿਆਹ ਨਹੀਂ ਹੋਇਆ। ਜਦੋਂ ਬਾਈ ਤੁਸੀਂ ਇਹ ਗੱਲਾਂ ਸੁਣਦੇ ਸੀ ਵੀ ਤਨੋਜ ਟਿੱਬਾ ਨੇ ਆਪਣੀ ਭੈਣ ਨਾਲ ਵਿਆਹ ਕਰਾ ਲਿਆ, ਲੋਕਾਂ ਤੋਂ ਇਹ ਗੱਲਾਂ ਸੁਣਦੇ ਸੀ, ਇੱਕ ਕਹਿ ਲਓ ਵੀ ਕਹਾਵਤਾਂ ਬਣਦੀਆਂ ਸੀ, ਪੇਜਾਂ 'ਤੇ ਵਾਇਰਲ ਹੁੰਦੀਆਂ ਸੀ, ਤੁਹਾਡਾ ਮਜ਼ਾਕ ਉਡਾਇਆ ਜਾਂਦਾ ਸੀ, ਉਸ ਟਾਈਮ ਤਨੋਜ ਬਾਈ ਕੀ ਦਿਲ 'ਤੇ ਬੀਤਦੀ ਸੀ? ਬਾਈ, ਮੈਨੂੰ ਕਈ ਦਿਨ ਹੋ ਗਏ ਨੀਂਦ ਨਹੀਂ ਆਈ ਹੈਗੀ। ਬਾਈ, ਇਸ ਚੀਜ਼ ਲਈ ਸ਼ਰਮ ਮਹਿਸੂਸ ਹੋ ਰਹੀ ਆ ਤਨੋਜ ਵੀਰੇ? ਮੈਨੂੰ ਲੋਕਾਂ ਨੇ ਇੰਨਾ ਬਦਨਾਮ ਕਰਤਾ ਵੀਰੇ ਕਿ ਗੱਲਾਂ ਹੀ ਛੱਡਦੇ, ਜਿਵੇਂ ਦੁਨੀਆ ਦਾ ਸਭ ਤੋਂ ਮਾੜਾ ਇਨਸਾਨ ਮੈਂ ਹੋਵਾਂ। ਇੰਨੀ ਤਾਂ ਮੁੰਨੀ ਬਦਨਾਮ ਨਹੀਂ ਹੋਈ ਜਿੰਨਾ ਮੈਨੂੰ ਬਦਨਾਮ ਕਰਤਾ।
ਕਿ ਤੂੰ ਭੈਣ ਭਾਈ ਦੇ ਰਿਸ਼ਤੇ ਨੂੰ ਤਾਰ ਤਾਰ ਕਰਤਾ। ਆਹ ਮੇਰੇ ਵੀ ਗੁੱਟ 'ਤੇ ਰੱਖੜੀਆਂ ਬੰਨੀਆਂ ਹੋਈਆਂ ਨੇ, ਮੇਰੇ ਵੀ ਘਰ ਦੇ ਵਿੱਚ ਭੈਣਾਂ ਨੇ। ਧਮਕੀਆਂ ਵੀ ਤਨੋਜ ਵੀਰੇ ਆ ਰਹੀਆਂ, ਤੁਹਾਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਵੀਰੇ? ਧਮਕੀਆਂ ਵੀ ਬਹੁਤ ਆ ਰਹੀਆਂ ਨੇ, ਕਹਿੰਦੇ ਤਾਂ ਭੈਣ ਭਾਈ ਦੇ ਰਿਸ਼ਤੇ ਨੂੰ ਤਾਰ ਤਾਰ ਕਰਤਾ, ਐਂ ਕਰਤਾ, ਵਾਹ ਕਰਤਾ, ਤੂੰ ਕੁੱਤਾ, ਕਮੀਨਾ, ਪਤਾ ਨਹੀਂ ਕੀ ਲੋਕ ਮੇਰੇ ਬਾਰੇ ਬੋਲ ਰਹੇ ਨੇ। ਅਤੇ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ 6 ਭੈਣਾਂ ਦਾ ਵਿਆਹ ਕੀਤਾ, ਆਪਦੀਆਂ ਭੈਣਾਂ ਧਰਮ ਭੈਣਾਂ ਬਣਾ ਕੇ। ਕੋਈ ਆ, ਤੁਸੀਂ ਮੈਨੂੰ ਦੱਸੋ, ਤੁਸੀਂ ਕਦੇ ਆਪਦੀ ਭੈਣ ਬਣਾ ਕੇ ਕਿਸੇ ਨੂੰ ਕਦੇ ਕਿਸੇ ਨੂੰ ਪੜ੍ਹਾਇਆ ਪੜ੍ਹਾਇਆ ਤੁਸੀਂ? ਨਹੀਂ। ਮੈਂ ਆਪਦੀਆਂ 2 ਭੈਣਾਂ ਪੜ੍ਹਾਈਆਂ ਬਣਾ ਕੇ, ਅਤੇ ਉਹਨਾਂ ਦਾ ਘੱਟੋ ਘੱਟ 2-3 ਲੱਖ ਰੁਪਈਆ ਖਰਚਾ ਆਇਆ ਹੋਊਗਾ, ਅਤੇ ਸਾਰਾ ਆਪਦੇ ਜੋ ਯਾਰਾਂ ਦੋਸਤਾਂ ਤੋਂ ਆਪ ਕੀਤਾ, ਉਹਨਾਂ ਦੀ ਪੜ੍ਹਾਈ ਕਰਾਈ। ਹੁਣ ਬਾਈ ਪਿੰਡ ਵਾਲੇ ਕੀ ਗੱਲਾਂ ਕਰ ਰਹੇ ਨੇ, ਅਤੇ ਘਰਦਿਆਂ ਨੂੰ ਵੀ ਕੁਛ ਕਿਹਾ ਜਾ ਰਿਹਾ ਵੀਰੇ? ਵੀਰ ਜੀ, ਮੈਂ ਨਾ 2 ਕੁੜੀਆਂ ਨੂੰ ਆਪਦੀਆਂ ਭੈਣਾਂ ਬਣਾ ਕੇ ਉਹਨਾਂ ਨੂੰ ਪੜ੍ਹਾਇਆ, ਅਤੇ ਇੱਕ ਦੀ ਮੈਂ ਨਰਸਿੰਗ ਕਰਵਾਈ ਆ, ਅਤੇ ਜੀਨਮ ਦਾ ਕੋਰਸ ਕਰਾਇਆ, ਘੱਟੋ ਘੱਟ ਉਹ 'ਤੇ 2 ਲੱਖ ਖਰਚਾ ਆਇਆ। ਅਤੇ ਭਾਈ ਗੁਰਦਾਸ 'ਚੋਂ 1 ਦੀ MA ਕਰਾਈ ਆ। ਲੋਕ ਆਪਦੀਆਂ, ਤੁਸੀਂ ਆਪਦੀਆਂ ਸਕੀਆਂ ਭੈਣਾਂ ਨੂੰ ਨਹੀਂ ਕਾਲਜ ਤੋਰਦੇ, ਮੈਂ ਆਪਦੀਆਂ ਭੈਣਾਂ ਬਣਾ ਕੇ ਉਹਨਾਂ ਨੂੰ ਪੜ੍ਹਾਇਆ, ਅਤੇ 6-7 ਮੈਂ ਕੁੜੀਆਂ ਦੇ ਵਿਆਹ ਕਰਵਾਇਆ ਆਪਦੇ ਹੱਥੀਂ, ਆਪਦੇ ਪੈਸੇ ਆਪ ਖਰਚ ਕੇ, ਵਿੱਚੋਂ ਕਮਾਈ ਦੇ ਜਿੰਨੇ ਵੀ ਕਮੇਡੀ ਸ਼ੋਅ ਲੱਗਦੇ ਆ ਉਹਦੇ ਖਰਚਾ ਕਰਕੇ ਲੋਕਾਂ ਨੂੰ ਰਾਸ਼ਨ ਦਿੰਦਾ। ਯਾਰ, ਜਿੰਨੇ ਮੇਰੇ 100 ਕੰਮ ਚੰਗੇ ਕੀਤੇ ਵੇ ਆ, ਤੁਸੀਂ ਸਾਰੇ ਉਹਨੂੰ ਭੁੱਲ ਗਏ। ਮੇਰੇ ਤੋਂ ਅਣਜਾਣਪਣੇ 'ਚ ਇੱਕ ਗਲਤੀ ਕੀ ਹੋ ਗਈ, ਤੁਸੀਂ ਤਾਂ ਮੈਨੂੰ ਇੰਨਾ ਬਦਨਾਮ ਕਰਤਾ ਜਿਵੇਂ ਦੁਨੀਆ ਦਾ ਸਭ ਤੋਂ ਮਾੜਾ ਇਨਸਾਨ ਤਨੋਜ ਹੀ ਆ, ਹੋਰ ਕੋਈ ਹੈ ਹੀ ਨਹੀਂ। ਉਹਨੂੰ ਦੱਸਦੀ ਕਿ ਬਾਈ ਇੰਟਰਵਿਊ ਜਦੋਂ ਦੇਣਾ ਆ, ਵੀਰਾ ਕਹਿੰਦਾ ਵੀ ਮੈਂ 10 ਦਿਨ ਤੋਂ ਸੁੱਤਾ ਨਹੀਂ ਹੈ, ਵੀ ਮੈਨੂੰ ਨੀਂਦ ਨਹੀਂ ਆ ਰਹੀ, ਅਤੇ ਪਿੰਡ ਵਾਲੇ ਵੀ ਬਹੁਤ ਜ਼ਿਆਦਾ ਤਾਨੇ ਮਾਰ ਰਹੇ ਹਨ, ਅਤੇ ਜਿਹੜੇ ਲੋਕ ਪਹਿਲਾਂ ਤਾਰੀਫਾਂ ਕਰਦੇ ਸੀ ਅੱਜ ਉਹ ਮਖੌਲ ਵੀ ਕਰ ਰਹੇ ਨੇ। ਤਨੋਜ ਵੀਰੇ, ਕਿੱਦਾਂ ਦੇ ਹੁਣ ਫੋਨਸ ਆ ਰਹੇ ਨੇ ਤੁਹਾਨੂੰ? ਬਹੁਤ ਫੋਨ ਮੈਨੂੰ, ਧਮਕੀਆਂ ਵੀ ਦੇ ਰਹੇ ਨੇ, ਅਤੇ ਇਸ ਗੱਲ ਸੁਣ ਕੇ ਮੇਰੀ ਮੰਮੀ ਬਹੁਤ ਜ਼ਿਆਦਾ ਹੁਣ ਬਿਮਾਰ ਆ, ਅਤੇ ਉਹਦਾ 1 ਲਖਤ ਹੁਣ BP ਵਧਣ ਲੱਗ ਗਿਆ, ਅਤੇ ਉਹਨੂੰ ਬਹੁਤ, ਮਤਲਬ ਉਹਨੂੰ ਵੀ ਪਿੰਡ ਵਾਲੇ ਬਹੁਤ ਤਾਨੇ ਮਾਰਦੇ ਆ। ਪਿੰਡ ਵਾਲੀਆਂ ਬੁੜੀਆਂ ਆ ਕੇ ਕਹੀ ਜਾਂਦੀਆਂ ਨੇ, ਭੈਣੇ ਤੇਰੇ ਮੁੰਡੇ ਨੇ ਪਤਾ ਨਹੀਂ ਕੀ ਕਰਤਾ, ਪਤਾ ਨਹੀਂ ਕੀ ਕਰਤਾ, ਨਹੀਂ ਉਹਦੀ ਵੀਡੀਓ ਵਾਇਰਲ ਹੋ ਗਈ, ਨਹੀਂ ਉਹਨੇ ਭੈਣ ਨਾਲ ਵਿਆਹ ਕਰਵਾ ਲਿਆ, ਅਤੇ ਇੱਦਾਂ ਦੇ ਕੋਈ ਨਹੀਂ। ਉਹ ਸ਼ੂਟਿੰਗ ਦੇ ਵਿੱਚ ਇੱਕ ਸ਼ੂਟਿੰਗ ਕਰਦੇ ਸੀਗੇ, ਸਿਰਫ ਫਨ ਕਰਦੇ ਸੀਗੇ, ਅਤੇ ਉਹ ਮਜ਼ਾਕ ਦੇ ਵਿੱਚ ਵੀਡੀਓ ਬਣ ਗਈ ਮੇਰੇ ਤੋਂ। ਕੋਈ ਮੈਂ ਜਿਹਨੂੰ ਵੀ ਦੇਖੋ ਹੱਥ ਜੋੜ ਕੇ ਮੈਂ ਮਾਫ਼ੀ ਮੰਗਦਾ, ਮੇਰੇ ਵੀ ਭੈਣਾਂ ਨੇ ਆ, ਮੇਰੇ ਵੀ ਗੁੱਟ 'ਤੇ ਰੱਖੜੀਆਂ ਬੰਨੀਆਂ ਹੋਈਆਂ ਨੇ, ਅਤੇ ਮੈਨੂੰ ਬਹੁਤ ਭੈਣਾਂ ਆਪਦਾ ਭਾਈ ਸਮਝਦੀਆਂ ਨੇ, ਛੋਟਾ ਕੋਈ ਵੱਡਾ, ਮੈਂ ਸਾਰਿਆਂ ਦੇ ਇੱਜ਼ਤ ਕਰਦਾ। ਮੇਰੇ ਨਾਲ ਬਹੁਤ ਸਾਰੀਆਂ ਕੁੜੀਆਂ ਬੱਚੇ ਕੰਮ ਕਰਦੇ ਆ, ਜੇ ਮੈਂ ਇੰਨਾ ਮਾੜਾ ਹੋਵਾਂ ਤਾਂ ਮੇਰੇ ਨਾਲ ਕੌਣ ਆਪਦੀਆਂ ਕੁੜੀਆਂ ਤੋਰੇ, ਕੌਣ ਆਪਦੇ ਬੱਚੇ ਤੋਰੇ ਆ, ਤੁਸੀਂ ਇਹ ਗੱਲ ਤਾਂ ਸੋਚੋ। ਬਿਲਕੁਲ। ਤਨੋਜ ਵੀਰੇ, ਜਿੱਦਾਂ ਹੁਣ ਤੁਹਾਡੇ ਖਿਲਾਫ਼ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਲੋਕ ਲਾਈਵ ਹੋ ਕੇ ਬੋਲ ਰਹੇ ਨੇ, ਅਤੇ ਅਸਲ ਦੇ ਵਿੱਚ ਉਹਨਾਂ ਦਾ ਮੰਨਣਾ ਕੀ ਹੈ, ਕੀ ਚਾਹੁੰਦੇ ਨੇ ਵੀਰੇ ਉਹ? ਉਹ ਇਹੀ ਚਾਹੁੰਦੇ ਨੇ ਕਿ ਵੀ ਤੂੰ ਭੈਣ ਭਾਈ ਦੇ ਰਿਸ਼ਤੇ ਨੂੰ ਤਾਰ ਤਾਰ ਕਰਤਾ। ਦੇਖੋ ਵੀਰੇ, ਮੈਂ ਰਿਸ਼ਤੇ ਨੂੰ ਤਾਰ ਤਾਰ ਕੋਈ ਨਹੀਂ ਕੀਤਾ, ਉਹ ਇੱਕ ਮਜ਼ਾਕ ਸੀਗਾ, ਮੈਂ ਵਾਰ ਵਾਰ ਇਹੀ ਗੱਲ ਬੋਲੀ ਜਾਂਦਾ, ਲੋਕ ਮੰਨਣ ਨੂੰ ਤਿਆਰ ਹੀ ਨਹੀਂ, ਅਤੇ ਕਈ ਲੋਕ ਮੈਨੂੰ ਮੈਂ ਯਾਰ ਮੇਰੇ ਤੋਂ ਗਲਤੀ ਕੀ ਹੋ ਗਈ, ਮੈਂ ਇੱਕ ਪੰਡਤਾਂ ਦੇ ਘਰ ਜਨਮ ਲੈ ਲਿਆ ਤਾਂ, ਅਤੇ ਪੱਗ ਬੰਨ ਲਈ, ਮੈਂ ਪੱਗ ਦੇ ਵਿੱਚ ਕਿੰਨਾ ਸੋਹਣਾ ਲੱਗਦਾ, ਮੈਂ ਵੀ, ਮੇਰਾ ਵੀ ਜੀ ਕਰਦਾ ਯਾਰ ਮੈਂ ਵੀ ਪੱਗ ਬੰਨਾਂ, ਪਰ ਲੋਕਾਂ ਨੇ, ਕਈ ਲੋਕਾਂ ਨੇ ਪੱਗ ਬੰਨੀ ਵਾ, ਕਹਿੰਦੇ ਇਹ ਪੰਡਤਾਂ ਦਾ ਮੁੰਡਾ, ਇਹ RSS ਦਾ ਏਜੰਟ ਆ, ਅਤੇ RSS ਦੀ ਵੀਰੇ ਮੈਨੂੰ ਫੁੱਲ ਫੋਰਮ ਨਹੀਂ ਪਤਾ, ਅਤੇ ਕਦੇ ਵਾਸਤੇ ਜਦੋਂ ਵੀ ਮੈਂ ਕਿਸੇ ਦੇ ਘਰ ਰਾਸ਼ਨ ਦੇਣ ਜਾਂਦਾ, ਮੈਂ ਆਪਦੀ ਕਮਾਈ ਦਾ ਜਿੰਨਾ ਮੇਰਾ ਦਸਵੰਧ ਹੁੰਦਾ ਉਹਦਾ ਰਾਸ਼ਨ ਦਿੰਦਾ ਨਾ ਲੋਕਾਂ ਨੂੰ, ਤਾਂ ਮੈਂ ਕਦੇ ਇਹ ਨਹੀਂ ਦੇਖਿਆ ਵੀ ਇਹ ਕਿਹੜੀ ਕਾਸਟ ਦਾ, ਕੀ ਇਹਦੀ ਬਰਾਦਰੀ ਆ। ਮੈਂ ਇਨਸਾਨੀ ਤੌਰ 'ਤੇ ਲੋਕਾਂ ਦੀ ਸੇਵਾ ਕੀਤੀ ਆ, ਬਹੁਤ ਲੋਕਾਂ ਦੀ, ਮੈਂ ਕਦੇ ਅੱਜ ਤੱਕ ਵੀਡੀਓ ਨਹੀਂ ਪਾਈ ਉਹਨਾਂ ਦੀ ਗੁਪਤ ਤੌਰ 'ਤੇ, ਮੇਰੇ ਕੋਲ ਹੁਣ ਵੀ ਪੈਸੇ ਪਏ ਨੇ, ਮੇਰੇ ਕੋਲ 30,000 ਰੁਪਇਆ ਪਿਆ ਹੈਗਾ, ਅਤੇ ਉਹ ਵੀਰ ਦਾ ਇਲਾਜ ਵੀ ਕਰਾਉਣਾ, ਮੈਂ ਹੋਰ ਵੀ ਕੰਮ ਕਰਨੇ ਉਹਦੇ ਵਿੱਚੋਂ, 30,000 ਰੁਪਏ ਦੇ ਵਿੱਚੋਂ ਮੇਰੇ ਦੋਸਤ ਨੇ ਭੇਜਿਆ ਬਾਹਰੋਂ, ਅਤੇ ਉਹ ਕਹਿੰਦਾ ਯਾਰ ਤੂੰ ਕਰਦੇ, ਮੇਰੇ 'ਤੇ ਬਹੁਤ ਲੋਕ ਵਿਸ਼ਵਾਸ ਕਰਦੇ ਯਾਰ, ਮੈਂ ਕਿਸੇ ਦਾ ਵਿਸ਼ਵਾਸ ਨਹੀਂ ਕਰਦਾ। ਹੁਣ ਜਿੱਦਾਂ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੁਸੀਂ ਵਾਪਸ ਗਏ ਆ ਪਿੰਡ ਪੁੰਡ? ਮੈਂ ਹਾਲੇ ਪਿੰਡ ਕਿਵੇਂ ਵੜ ਜਾਂ, ਕਿਹੜਾ ਮੂੰਹ ਲੈ ਕੇ ਵੜ ਜਾਂ, ਲੋਕ ਮੈਨੂੰ, ਜਿਹੜੇ ਲੋਕ ਤਨੋਜ ਨੂੰ ਇੱਕ ਸਮਾਜ ਸੇਵੀ ਤੌਰ 'ਤੇ ਜਾਣਦੇ ਸੀ, ਤਨੋਜ ਨੂੰ ਇੱਕ ਵਧੀਆ ਇਨਸਾਨ ਜਾਣਦੇ ਸੀ, ਮੈਨੂੰ ਤਾਂ ਮਤਲਬ ਬਹੁਤ ਬੁਰਾ ਇਨਸਾਨ ਬਣਾਤਾ, ਮੈਂ ਕਿਵੇਂ ਜਾਵਾਂ ਆਪਦੇ ਪਿੰਡ? ਅਤੇ ਮੇਰੀ ਮੰਮੀ ਵੀ ਬਹੁਤ ਬਿਮਾਰ ਹੈ ਇਸ ਗੱਲ ਤੋਂ, ਮੇਰੇ ਡੈਡੀ ਨਾਲ ਗੱਲ ਹੁੰਦੀ ਆ, ਅਤੇ ਜਿੰਨੇ ਮੇਰੇ ਦੋਸਤ ਮੈਨੂੰ ਸਮਝਦੇ ਨੇ, ਅਤੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ, ਉਹ ਮੇਰੇ ਘਰ ਜਾ ਰਹੇ ਨੇ, ਅਤੇ ਮੇਰੇ ਘਰ ਵੀ ਲੋਕ ਗੇੜੇ ਮਾਰ ਰਹੇ ਨੇ, ਘਰਦਿਆਂ ਨੂੰ ਸਮਝਾਇਆ ਜਾ ਰਿਹਾ ਵੀ ਉਹ ਇੱਕ ਸ਼ੂਟਿੰਗ ਹੀ ਸੀ। ਹਾਂ, ਉਹ ਸ਼ੂਟਿੰਗ ਹੀ ਸੀ, ਮੈਂ ਡੈਡੀ ਨੂੰ ਵੀ ਦੱਸਿਆ ਅਤੇ ਮੰਮੀ ਨੂੰ ਵੀ ਦੱਸਿਆ, ਪਰ ਬਹੁਤ ਲੋਕ ਮੇਰੇ ਪਿੰਡ ਜਾਣਦੇ ਆ, ਬਹੁਤ ਲੋਕ ਮੇਰੇ ਪਿੰਡ ਵੀ ਜਾ ਰਹੇ ਨੇ, ਕਹਿੰਦੇ ਤਨੋਜ ਨੂੰ ਮਿਲਣਾ, ਅਤੇ ਉਹੀ ਕਹਿੰਦੇ ਨੇ ਵੀ ਸ਼ੂਟਿੰਗ ਲਈ ਬਾਹਰ ਆ। ਦੇਖੋ,
ਮੈਨੂੰ ਧਮਕੀਆਂ ਵੀ ਫੇਸਬੁੱਕ 'ਤੇ ਵੀ ਮਿਲ ਰਹੀਆਂ ਨੇ ਜਾਂ ਹੋਰ ਲੋਕ ਵੀ ਦੇ ਰਹੇ ਨੇ ਅਤੇ ਉਹ ਪਬਲਿਸਿਟੀ ਕਰ ਰਹੇ ਨੇ ਆਪਦੀ ਅਤੇ ਬਸ ਮੈਂ ਇਹੀ ਪਬਲਿਸਿਟੀ ਕਰਕੇ ਉਹ ਤੁਹਾਨੂੰ ਬਦਨਾਮ ਕੀਤਾ ਜਾ ਰਿਹਾ ਮੈਨੂੰ ਬਦਨਾਮ ਕੀਤਾ ਜਾ ਰਿਹਾ ਦੇਖੋ ਹੁਣ ਮੈਂ ਵਿਆਹਾਂ ਸ਼ਾਦੀਆਂ ਦੇ ਵਿੱਚ ਬੀਬੋ ਭੂਆ ਬਣ ਕੇ ਲੋਕਾਂ ਨੂੰ ਹਸਾਉਣਾ ਗਾ ਅਤੇ ਇੱਕ ਲੇਡੀਜ਼ ਬਣ ਕੇ ਜਦੋਂ ਅਸੀਂ ਜਾਗੋ ਕਰਦੇ ਹਾਂ ਨਾ ਉਹਦੇ ਵਿੱਚ ਸਾਰੀਆਂ ਕੁੜੀਆਂ ਵੀ ਨਾਲ ਹੁੰਦੀਆਂ ਨੇ ਬੁੜੀਆਂ ਵੀ ਨਾਲ ਹੁੰਦੀਆਂ ਨੇ ਬੱਚੇ ਵੀ ਨਾਲ ਹੁੰਦੇ ਨੇ ਜੇ ਮੇਰਾ ਇੱਦਾਂ ਦਾ ਤੁਸੀਂ ਚਿਹਰਾ ਲੈ ਕੇ ਆਵੋਗੇ ਤਾਂ ਮੈਨੂੰ ਕਿਸੇ ਨੇ ਪ੍ਰੋਗਰਾਮ 'ਤੇ ਨਹੀਂ ਬੁਲਾਉਣਾ ਤਾਂ ਮੇਰਾ ਬਹੁਤ ਇੱਕ ਬੰਦਾ ਮਤਲਬ ਸੁਣੂਗਾ ਨੈਗੇਟਿਵ ਹੈ ਇਹ ਬੰਦੇ ਦੀ ਸੋਚ ਬਹੁਤ ਗਲਤ ਸੋਚ ਬਹੁਤ ਗਲਤ ਆ ਵੀ ਇਹ ਤਾਂ ਆਪਦੀ ਭੈਣ ਨੂੰ ਹੀ ਇੱਦਾਂ ਕਹੀ ਜਾਂਦਾ ਗਾ ਹੈ ਨਾ ਵੀ ਵਿਆਹ ਕਰਵਾ ਲਾ ਵੀ ਇਹ ਹੋਰ ਕੁੜੀਆਂ ਬਾਰੇ ਕੀ ਸੋਚਦਾ ਹੋਊਗਾ ਅਤੇ ਇੱਕ ਐਕਟਰ ਦੀ ਜਿਹੜੀ ਲਾਈਫ ਆ ਪੜਦੇ 'ਤੇ ਕੁਛ ਹੋਰ ਹੁੰਦੀ ਹੈ ਜ਼ਿੰਦਗੀ 'ਚ ਕੁਛ ਹੋਰ ਹੁੰਦੀ ਆ ਅਤੇ ਦੇਖੋ ਹੁਣ ਮੈਨੂੰ ਕੱਲ੍ਹ ਨੂੰ ਨੈਗੇਟਿਵ ਵੀ ਬਹੁਤ ਕਰੈਕਟਰ ਕਰਨੇ ਪੈ ਸਕਦੇ ਨੇ ਅਤੇ ਉਹ ਇੱਕ ਐਕਟਿੰਗ ਐਕਟਿੰਗ ਆ ਹੈ ਨਾ ਸਾਡੇ ਲੋਕ ਪਰ ਉਹਨੂੰ ਰੀਅਲ ਲਾਈਫ ਨਾਲ ਕੰਪੇਅਰ ਕਰ ਲੈਂਦੇ ਨੇ ਵੀ ਯਾਰ ਇਹ ਤਾਂ ਸੱਚੀ ਇੱਦਾਂ ਦਾ ਹੋਊਗਾ ਮੈਂ ਇੱਦਾਂ ਦਾ ਨਹੀਂ ਹੈਗਾ ਲਾਈਫ ਦੇ ਵਿੱਚ ਮੈਨੂੰ ਵੀ ਬਹੁਤ ਮਤਲਬ ਚੌੜ ਦੇ ਵਿੱਚ ਬਣ ਗਈ ਅਣਜਾਣ ਦੇ ਵਿੱਚ ਬਣ ਗਈ ਵਾਇਰਲ ਹੋ ਗਈ ਵੀਡੀਓ ਅਤੇ ਇੱਕ ਗੱਲ ਦਾ ਦੁੱਖ ਵੀ ਆ ਲੋਕਾਂ ਨੂੰ ਵੀ ਤੁਸੀਂ ਚੰਗੀਆਂ ਚੀਜ਼ਾਂ ਵਾਇਰਲ ਕਿਉਂ ਨਹੀਂ ਕਰਦੇ ਇੱਕ ਮੇਰੇ ਤੋਂ ਗਲਤੀ ਹੋ ਗਈ ਅਤੇ ਤੁਸੀਂ ਉਹਨੂੰ ਵਾਇਰਲ ਕਰਤਾ ਜਿਹੜੇ ਕਹਿੰਦੇ ਨੇ ਮੈਨੂੰ ਬਹੁਤ ਲੋਕਾਂ ਦੇ ਇਹੀ ਕਮੈਂਟ ਆਇਆ ਤੂੰ ਆਪਦੀ ਭੈਣ ਨਾਲ ਵਿਆਹ ਕਰਵਾ ਲਾ ਜੇ ਤੁਸੀਂ ਆਪਦੀ ਭੈਣ ਨਾਲ ਵਿਆਹ ਕਰਵਾ ਲਉਂਗੇ ਤਾਂ ਮੈਂ ਵੀ ਕਰਵਾ ਲੂੰ ਯਾਰ ਫਿਰ ਠੀਕ ਆ ਮੈਂ ਇੱਦਾਂ ਦਾ ਨਹੀਂ ਹੈਗਾ ਜਿੰਨੀ ਤੁਹਾਨੂੰ ਦਿਲ ਨੂੰ ਠੇਸ ਪਹੁੰਚੀ ਉੰਨੀ ਮੈਨੂੰ ਪਹੁੰਚੀ ਆ ਅਤੇ ਤੁਸੀਂ ਮੇਰੀ ਮੰਮੀ ਬਿਮਾਰ ਹੋ ਗਈ ਯਾਰ ਆਪਦੀ ਮਾਂ ਨੂੰ ਕੌਣ ਨਹੀਂ ਪਿਆਰ ਕਰਦਾ ਮੇਰਾ ਭਾਈ ਪਰਦੇਸਾਂ ਦੇ ਵਿੱਚ ਬੈਠਾ ਅਤੇ ਉੱਥੇ ਜਿੰਨੇ ਉਹਦੇ ਯਾਰ ਦੋਸਤ ਨੇ ਉਹਨੂੰ ਵੀਡੀਓ ਭੇਜੀ ਜਾਂਦੇ ਨੇ ਸਾਡੇ ਰਿਸ਼ਤੇਦਾਰ ਮੈਨੂੰ ਭੇਜੀ ਜਾਂਦੇ ਨੇ ਅਤੇ ਮਤਲਬ ਬਹੁਤ ਅਪਸੈਟ ਆ ਮੈਂ 10 ਦਿਨ ਹੋ ਗਏ ਵੀਰੇ ਸੁੱਤਾ ਨਹੀਂ ਹੈਗਾ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਸੀ ਵੀ ਤੁਸੀਂ ਮੇਰੀ ਇੰਟਰਵਿਊ ਲਓ ਯਾਰ ਮੈਂ ਪੂਰੀ ਲੋਕਾਂ ਨੂੰ ਗੱਲ ਦੱਸਣਾ ਹੀ ਚਾਹੁੰਦਾ ਗਾ ਜੀ ਅਤੇ 10 ਦਿਨ ਦਾ ਵੀਰੇ ਜੋ ਤੁਹਾਡਾ ਸਕੈਜੂਲ ਰਿਹਾ ਉਸਦੇ ਵਿੱਚ ਕੰਮ ਕਰ ਕੀਤਾ ਕੰਮ ਕਰ ਹੋਇਆ ਬਾਈ ਕੰਮ ਕਰ ਜਦੋਂ ਜਾਂਦੇ ਕਿੱਦਾਂ ਦਾ ਮਾਹੌਲ ਵੀਰੇ ਕੰਮ ਮੈਂ ਕੰਮ ਹੀ ਨਹੀਂ ਕੀਤਾ ਉਦੋਂ ਬਾਅਦ ਮੇਰੀ ਨਾ ਕੋਈ ਕੰਮ ਕਰਨ ਨੂੰ ਜੀ ਕੀਤਾ ਮੈਂ ਰੱਖੜੀਆਂ 'ਤੇ ਵੀ ਪਹਿਲਾਂ ਵੀਡੀਓ ਬਣਾ ਕੇ ਰੱਖ ਲਿਆ ਸੀ ਮੈਂ ਉਹਨੂੰ ਵੀ ਵਾਇਰਲ ਕੀਤਾ ਪਰ ਲੋਕਾਂ ਨੇ ਉਹਨੂੰ ਦੇਖਿਆ ਹੀ ਨਹੀਂ ਹੈਗਾ ਉਹਨੇ ਕਿਸੇ ਨੇ ਨਹੀਂ ਦੇਖਿਆ ਉਹ ਚੀਜ਼ ਨੂੰ ਪਰ ਆਹ ਵੀਡੀਓ ਨੂੰ ਹਰ ਪੇਜ ਸ਼ੇਅਰ ਕਰ ਰਿਹਾ ਪਤਾ ਨਹੀਂ ਯਾਰ ਲੋਕਾਂ ਨੂੰ ਇਹ ਚੀਜ਼ਾਂ ਸ਼ੇਅਰ ਚੰਗੀਆਂ ਚੀਜ਼ਾਂ ਕਿਉਂ ਨਹੀਂ ਲੋਕ ਸ਼ੇਅਰ ਕਰਦੇ ਅਤੇ ਚੰਗੀਆਂ ਚੀਜ਼ਾਂ ਦੇਖੋ ਤਾਂ ਹੀ ਸਾਡੇ ਵਰਗੇ ਜੇ ਤੁਸੀਂ ਚਾਹੁੰਦੇ ਹੋ ਕਲਾਕਾਰ ਚੰਗੀਆਂ ਚੀਜ਼ਾਂ ਬਣਾਉਣ ਤਾਂ ਅਸੀਂ ਬਣਾਉਣ ਨੂੰ ਤਿਆਰ ਹਾਂ ਜੇ ਤੁਸੀਂ ਨਹੀਂ ਦੇਖੋਗੇ ਵੀਰੇ ਤਾਂ ਫਿਰ ਮੈਂ ਵੀ ਨਹੀਂ ਬਣਾਊਂਗਾ ਮੈਂ ਵੀ ਉਹਨਾਂ ਵਰਗਾ ਹੀ ਹੋ ਜੂੰਗਾ ਉਹੀ ਕਲਾਕਾਰਾਂ ਵਰਗਾ ਹੋ ਜੂੰਗਾ ਜਿਹੜੇ ਗਲਤ ਚੀਜ਼ਾਂ ਬਣਾਉਂਦੇ ਨੇ ਅਤੇ ਗਲਤ ਚੀਜ਼ਾਂ ਲੋਕ ਦੇਖਦੇ ਆ ਫਿਰ ਮੈਂ ਵੀ ਉਹੋ ਜਿਹਾ ਹੋ ਜੂੰਗਾ ਅਤੇ ਬਸ ਮੈਂ ਇਹੀ ਕਹਿਣਾ ਚਾਹੁੰਦਾਗਾ ਅਤੇ ਚੰਗੀਆਂ ਚੀਜ਼ਾਂ ਦੇਖੋ ਫਿਰ ਸਾਡੇ ਵਰਗੇ ਕਲਾਕਾਰ ਚੰਗੀਆਂ ਚੀਜ਼ਾਂ ਬਣਾਉਣਗੇ ਚੰਗੇ ਗਾਣੇ ਬਣਾਉਣਗੇ ਫਿਰ ਤੁਹਾਨੂੰ ਕੋਈ ਹੱਕ ਨਹੀਂ ਕਿਸੇ ਥੱਲੇ ਕਮੈਂਟ ਕਰਨ ਦਾ ਅਤੇ ਬਾਕੀ ਤਨੋਜ ਵੀਰੇ ਬਹੁਤ ਬਹੁਤ ਧੰਨਵਾਦ ਅਤੇ ਗੱਲਬਾਤ ਆਪਣੀ ਲੰਬੀ ਹੋ ਗਈ ਅਤੇ ਅਕਸਰ ਲੋਕਾਂ ਨੂੰ ਹੁਣ ਇਹ ਗੱਲਬਾਤ ਕਲੀਅਰ ਆਊਟ ਹੋ ਗਈ ਹੋਣੀ ਵੀ ਤੁਹਾਡੀ ਇੰਟੈਂਸ਼ਨ ਕੀ ਸੀ ਅਤੇ ਤੁਸੀਂ ਬਾਈ ਦੇਖ ਸਕਦੇ ਹੋ ਬਾਈ ਦੀ ਕਹਿ ਲਓ ਵੀ ਹਾਲਤ ਵੀ ਬਹੁਤ ਜ਼ਿਆਦਾ ਇਸ ਟਾਈਮ ਮਾੜੀ ਹੋਈ ਕਿਉਂਕਿ 10 ਦਿਨ ਦਾ ਬਾਈ ਸੁੱਤਾ ਨਹੀਂ ਵੀਰਾ ਇੰਟਰਵਿਊ ਕਹਿੰਦਾ ਵੀ ਕਰੋ ਮੇਰੀ ਗੱਲਬਾਤ ਕਲੀਅਰ ਆਊਟ ਕਰੋ ਅਤੇ ਬਾਕੀ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਵਿਚਾਰ ਜ਼ਰੂਰ ਦੇਣੇ ਵੀ ਬਾਈ ਦੀ ਤੁਹਾਨੂੰ ਗੱਲਾਂ ਕਿੱਦਾਂ ਦੀ ਲੱਗੀਆਂ ਬਾਈ ਵੱਲੋਂ ਜੋ ਤੁਹਾਡੇ ਦਿਲਾਂ ਨੂੰ ਠੇਸ ਪਹੁੰਚੀ ਹੈ ਉਸ ਲਈ ਬਾਈ ਵੀ ਹੱਥ ਜੋੜ ਕੇ ਮਾਫ਼ੀ ਮੰਗਦਾ ਮੈਂ ਪੈਰੀ ਹੱਥ ਲਾਉਣ ਨੂੰ ਤਿਆਰ ਆ ਯਾਰ ਮੈਨੂੰ ਮਾਫ਼ ਕਰ ਦਿਉ ਮੈਨੂੰ ਸੌਂ ਲੈਣ ਦਿਉ ਮੈਂ ਤਾਂ ਕਿੰਨੇ ਦਿਨ ਹੋ ਗਏ ਸੁੱਤਾ ਨਹੀਂ ਅਤੇ ਭਾਈ ਵੜ ਕੇ ਯਾਰ ਮੈਨੂੰ ਮਾਫ਼ ਕਰ ਦਿਉ ਮੈਂ ਭੈਣਾਂ ਤੋਂ ਵੀ ਮਾਫ਼ੀ ਮੰਗਦਾ ਆਪਣੇ ਵੀਰਾਂ ਤੋਂ ਵੀ ਸਾਰਿਆਂ ਤੋਂ ਮੈਂ ਬੱਚਿਆਂ ਤੋਂ ਵੀ ਮਾਫ਼ੀ ਮੰਗਦਾ ਜਿੱਥੇ ਮਰਜ਼ੀ ਖੜਾ ਕੇ ਯਾਰ ਮੇਰੇ ਤੋਂ ਮਾਫ਼ੀ ਮੰਗਾ ਲਓ ਯਾਰ ਮੈਨੂੰ ਇੰਨਾ ਬਦਨਾਮ ਨਾ ਕਰੋ ਮੈਂ ਦੁਬਾਰਾ ਫਿਰ ਇਹੀ ਗੱਲ ਕਹਿਣਾ ਇੰਨੀ ਤਾਂ ਮੁੰਨੀ ਬਦਨਾਮ ਨਹੀਂ ਹੋਈ ਯਾਰ ਜਿੰਨਾ ਮੈਨੂੰ ਕਰਤਾ ਤੁਸੀਂ ਇੱਕ ਚੌੜ ਦੇ ਵਿੱਚ ਵੀਡੀਓ ਬਣ ਗਈ ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਯਾਰ ਸਾਰਿਆਂ ਨੂੰ ਕਹਿਣਾ ਚੌੜ ਚੂੜ ਕਰਨੀ ਬੰਦ ਕਰੋ ਅਤੇ ਬਸ ਅਤੇ ਲੋਕਾਂ ਨੂੰ ਪਤਾ ਕਿ ਅਸਲ ਦੇ ਵਿੱਚ ਸਹੀ ਗਲਤ ਕੀ ਹੈ ਅਤੇ ਬਾਕੀ ਹੁਣ ਪਰਮਾਤਮਾ ਤੁਹਾਡੇ ਨਾਲ ਆ ਅਤੇ ਬਾਕੀ ਜੋ ਲੋਕ ਤੁਹਾਨੂੰ ਦੇਖ ਰਹੇ ਨੇ ਉਹ ਵੀ ਤੁਹਾਨੂੰ ਸਪੋਰਟ ਕਰਨਗੇ ਵੀਰੇ ਬਹੁਤ ਬਹੁਤ ਧੰਨਵਾਦ ਤਨੋਜ ਵੀਰੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਟਾਈਮ ਕੱਢਿਆ ਅਤੇ ਬਾਕੀ ਵੀਰੇ ਸਾਰੀਆਂ ਭੈਣਾਂ ਨੂੰ ਵੀ ਇਹੀ ਕਹਿਣਾ ਸਾਨੂੰ ਮਾਫ਼ ਕਰ ਦਿਉ ਅਤੇ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਅਤੇ ਪਲੀਜ਼ ਸਾਰੀਆਂ ਭੈਣਾਂ ਦੀ ਮੈਂ ਇੱਜ਼ਤ ਕਰਦਾ ਜਿਨ੍ਹਾਂ ਭੈਣਾਂ ਦੇ ਕੋਈ ਭਾਈ ਨਹੀਂ ਹੈਗਾ ਉਹਨਾਂ ਦਾ ਮੈਂ ਭਾਈ ਹਾਂ ਜਦੋਂ ਵੀ ਮੇਰੀ ਕਿਸੇ ਨੂੰ ਲੋੜ ਆ ਕਿਸੇ ਵੀ ਭੈਣ ਨੂੰ ਤਾਂ ਮੇਰਾ ਨੰਬਰ ਹੈਗਾ ਜਦੋਂ ਮਰਜ਼ੀ ਤੁਸੀਂ ਆਪਦੇ ਭਾਈ ਨੂੰ ਫੋਨ ਕਰਿਓ ਤਾਂ ਮੈਂ ਹਾਜ਼ਰ ਹਾਂ ਅਤੇ ਮੈਂ ਇੱਕ ਹੋਰ ਵੀ ਗੱਲ ਦਿਲ ਦੀ ਦੱਸਦਾ ਹੁਣ ਅਤੇ ਮੈਨੂੰ ਕਿਸੇ ਕੁੜੀ ਦਾ ਫੋਨ ਆ ਜੇ ਮੈਨੂੰ ਕਹਿੰਦੇ ਨਾ ਵੀਰੇ ਸਾਡੇ ਘਰੇ ਆਟਾ ਹੈ ਨਹੀਂ ਮੈਂ ਕਹਿੰਦਾ ਭੈਣੇ ਤੂੰ ਅਕਾਊਂਟ ਨੰਬਰ ਭੇਜ ਤੇਰਾ ਮੈਂ ਹੀ ਭਾਈ ਹਾਂ ਤੂੰ ਮੈਨੂੰ ਭੇਜ ਹੈ ਨਾ ਮੈਂ ਆਪਦੇ ਕੋਲੋਂ 1000 ਜਿੰਨੀ ਵੀ ਹੁੰਦੀ ਆ 500 ਦੀ ਉਹਨਾਂ ਦੀ ਮਦਦ ਕਰ ਦੇਣਾ ਮੈਂ ਬਹੁਤ ਕੁੜੀਆਂ ਨੂੰ ਕੰਮ 'ਤੇ ਵੀ ਲਵਾਇਆ ਇਹ ਗੱਲ ਕਦੇ ਮੈਂ ਦੱਸੀ ਨਹੀਂ ਮੈਨੂੰ ਲੋੜ ਹੀ ਨਹੀਂ ਦੱਸਣ ਦੀ ਯਾਰ ਉਹ ਮੈਨੂੰ ਪਿਆਰ ਕਰਦੀਆਂ ਨੇ ਮੈਨੂੰ ਵਟਸਐਪ 'ਤੇ ਇੰਨੇ ਮੈਸੇਜ ਆ ਰਹੇ ਨੇ ਕਿ ਵੀਰੇ ਕੀ ਹੋ ਗਿਆ ਤੈਨੂੰ ਅਸੀਂ ਤੇਰੇ ਨਾਲ ਹਾਂ ਵੀਰੇ ਅਸੀਂ ਤੈਨੂੰ ਜਾਣਦੇ ਹਾਂ ਤੂੰ ਸਾਡਾ ਭਾਈ ਹਾਂ ਅਤੇ ਬਈ ਇਹੀ ਕਹਿਣਾ
ਕੋਈ ਵੀ ਹੈ ਨਾ ਜ਼ਿੰਦਗੀ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਦੀ ਵੀਡੀਓ ਵਾਇਰਲ ਕਰਦੇ ਹੋ ਉਹਦੀ ਆਮ ਜ਼ਿੰਦਗੀ ਬਾਰੇ ਵੀ ਥੋੜ੍ਹਾ ਜਿਹਾ ਦੇਖ ਲਿਆ ਕਰੋ ਜਾਂ ਉਹਨੂੰ ਜਾਣ ਮੇਰੇ ਕਈ ਵੀਰਾਂ ਨੇ ਮੇਰੇ ਪੱਖ ਦੇ ਵਿੱਚ ਵੀ ਵੀਡੀਓ ਪਾਈ ਆ ਅਤੇ ਉਹਨਾਂ ਨੂੰ ਪਤਾ ਵੀ ਮੈਂ ਆਮ ਜ਼ਿੰਦਗੀ ਦੇ ਵਿੱਚ ਕਿਵੇਂ ਹਾਂ ਪਰ ਜਿਹੜੇ ਲੋਕ ਨੇ ਸਾਡੇ ਸਵਾਦ ਲੈਣ ਵਾਲੇ ਜ਼ਿਆਦੇ ਨੇ ਜ਼ਿਆਦੇ ਨੇ ਸਵਾਦ ਲੈਣ ਵਾਲੇ ਇਹ ਲੋਕ ਸਵਾਦ ਹੀ ਲੈਂਦੇ ਆ ਬਸ ਬਹੁਤ ਧੰਨਵਾਦ ਅਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਅਤੇ ਅਕਸਰ ਲੋਕਾਂ ਨੂੰ ਇਹ ਗੱਲਬਾਤ ਹੁਣ ਕਲੀਅਰ ਆਊਟ ਹੋ ਗਈ ਹੋਣੀ ਅਤੇ ਬਾਕੀ ਜਿੰਨੇ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਦੇਸੀ ਤੜਕਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਦੇ ਵਿੱਚ ਵਿਚਾਰ ਜ਼ਰੂਰ ਦਿਓ ਕਿਉਂਕਿ ਤੁਹਾਡੇ ਤੱਕ ਅਸੀਂ ਹਰ ਇੱਕ ਨਵੀਂ ਅਪਡੇਟ ਸਭ ਤੋਂ ਪਹਿਲਾਂ ਲੈ ਕੇ ਆਉਂਦੇ ਹਾਂ ਅਤੇ ਹੁਣ ਦੇ ਲਈ ਇਜਾਜ਼ਤ ਅਤੇ ਸਤਿ ਸ਼੍ਰੀ ਅਕਾਲ।